ਸਿਪਾ ਜੀ ਤੁਸੀਂ ਹੋ ਕੌਣ ਤੁਸੀਂ ਮੈਨੂੰ ਨਹੀਂ ਪਛਾਣਿਆ ਨਾ ਪਛਾਣਨ ਨੂੰ ਥੋੜਾ ਕਤੌੜਾ ਫੇਰੇ ਤੁਸੀਂ ਹੋ ਕੌਣ ਮੈਂ ਵੰਦਨਾ ਚੰਦੇਲ ਵੰਦਨਾ ਚੜੇਲ ਚੜੇਲ ਵੰਦਨਾ ਚੰਦੇਲ ਸੋਸ਼ਲ ਮੀਡੀਆ ਸਟਾਰ ਅੱਛਾ ਆ ਗਏ ਜੀ ਮਸ਼ਹੂਰ ਹਸਤੀ ਤੁਸੀਂ ਮੰਗ ਰਹੇ ਸੀ ਕੀ ਬਾਤ ਹੈ ਜੀ ਤੇ ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਆ ਨਾ 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 ਵੱਡੀ ਭੈਣ ਹੋਆ ਬੇਟੇ ਤੂੰ ਛੋਟੀ ਭੈਣ ਆ ਭੈਣ ਨਹੀਂ ਬੋਲਿਆ ਫੈਨ ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਆ ਕਿੱਧਰੋਂ ਆਏ ਹੋ ਤੁਸੀਂ ਮੈਂ ਉਧਰੋਂ ਆਈ ਹਾਂ ਚਲੋ ਬੇਟੇ ਠੰਡੇ ਠੰਡੇ ਇੱਧਰ ਹੀ ਚੱਲੋ ਫਿਰ ਚਲੋ ਪਲੀਜ਼ ਪੱਕਾ ਪੱਕਾ ਆਪਾਂ ਫੇਰ ਮਿਲਾਂਗੇ ਪੱਕਾ ਮੈਂ ਤੁਹਾਨੂੰ ਸਾਰਿਆਂ ਨੂੰ ਬਖਸ਼ ਦਵਾਂਗੀ ਲੇਕਿਨ ਖੁਦਾ ਨੂੰ ਨਹੀਂ ਬਖਸ਼ਾਂਗੀ ਥੈਂਕ ਯੂ ਪਲੀਜ਼ ਓ ਬਾਏ ਚੱਲ ਬਾਏ ਪਲਾਦਮ ਕਰਿਓ ਮੇਰੀ ਤਰਫ ਤੋਂ ਲੋ ਲੈ ਲੋ ਪੰਗਾ ਹੋ ਪਹਿਲਾਂ ਪੈਗ ਲਾ ਕੇ ਭਾਵਾਂ ਅੱਖਾਂ ਵਿੱਚ ਹੀ ਅੱਖਾਂ ਦੂਜਾ ਪੈਗ ਲਾ ਕੇ ਹੱਥ ਕਾਲ ਕੇ ਤੇ ਰੱਖਾਂ ਤੀਜਾ ਪੈਗ ਲਾ ਕੇ ਗੱਲਬਾਤ ਕਰਨੀ ਚੌਥਾ ਪੈਗ ਲਾ ਕੇ ਸਿੱਧੀ ਬਸ ਕਰੋ ਭਰਾਵਾ ਕੋਈ ਬੰਦਾ ਸੁਰਚ ਵੀ ਹੁੰਦਾ ਨਹੀਂ ਵੇਲਿਆ ਜਾਂਦਾ ਕੋਈ ਗੱਲ ਨਹੀਂ ਚੌਥਾ ਪੈਗ ਲਾ ਕੇ ਸਿੱਧੀ ਬਾਂਹ ਫੜਨੀ ਚੇਤਾ ਜੀ ਤੇਰੀ ਸ਼ਕਲ ਆ ਨਾ ਤੂੰ ਬੇਟੇ ਬਾਂਹ ਨਹੀਂ ਤੂੰ ਉਹਦੇ ਪੈਰ ਮੈਂ ਕੀ ਕਰਾਂ ਭਲਾ ਸਾਹਿਬ ਇਹ ਮੇਰੀ ਸਕ੍ਰਿਪਟ 'ਚ ਲਿਖਿਆ ਕਿ ਬਾਂਹ ਫੜਨੀ ਇਟ ਮੀਨਸ ਫੜਨੀ ਭਲਾ ਸਾਹਿਬ ਕੌਣ ਹੈ ਕੀ ਦੱਸਾਂ ਕੌਣ ਹੈ ਇਹ ਪਿੰਡ ਦਾ ਸ਼ਰਾਬੀ ਆ ਜਿਹੜਾ ਬਿਨ ਬੁਲਾਇਆ ਇੱਥੇ ਆ ਜਾਂਦਾ ਕੀ ਕਰਨਾ ਆਇਆ ਇੱਥੇ ਦੇਖੋ ਮੈਂ ਆਇਆ ਇੱਥੇ ਇਸ ਕਰਕੇ ਹਾਂ ਕਿਉਂਕਿ ਮੇਰਾ ਕੰਮ ਬੜਾ ਯਾਰ ਤੁਹਾਡੇ ਐਕਸਪ੍ਰੈਸ਼ਨ ਮੇਰੇ ਵੱਲ ਵੇਖ ਕੇ ਆਏ ਹੋ ਉਹਦੇ ਤੁਸੀਂ ਲਾਈ ਮੈਂ ਪੁਰਾਣਾ ਮੋਹਨ ਛੱਡੇ ਹੁਣੀ ਛੱਡੀ ਅੱਛਾ ਵੇ ਠੀਕ ਕੋਈ ਗੱਲ ਨਹੀਂ ਅੱਛਾ ਭਲਾ ਸਾਹਿਬ ਮੈਂ ਇੱਥੇ ਬੜੇ ਜ਼ਰੂਰੀ ਕੰਮ ਕਰਨਾ ਹੈ ਦੇਖੋ ਜੀ ਮੇਰੀ ਇੱਥੇ ਬੜੀ ਲੋੜ ਆ ਮੈਂ ਤੁਹਾਨੂੰ ਦੱਸਾਂ ਇੱਥੇ ਆ ਕੇ ਤੇ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਤੇ ਪੁੱਛੋ ਕਿੱਦਾਂ ਕਿੱਦਾਂ ਇੱਥੇ ਆ ਕੇ ਮੈਂ ਅੱਖਾਂ ਖੋਲੀਆਂ ਵਾਹ ਬਈ ਵਾਹ ਮੇਰੇ ਸਾਹਮਣੇ ਖੁਦਾ ਆ ਪਹਿਲੀ ਸਿਆਣੀ ਗੱਲ ਕੀਤੀ ਹੈ ਵਾਹ ਵਾਹ ਨਹੀਂ ਬਾਬੂ ਕੋਈ ਨਹੀਂ 100 ਰੁਪਇਆ ਦਿਓ ਓਏ ਓਏ ਜਿੰਨੇ ਮਰਜ਼ੀ ਲੈ ਲੈ ਸੀਦੇ ਕੋਲੋਂ ਪੈਸੇ ਮੰਗ ਰਿਹਾ ਆਪ ਮੰਗਦਾ ਓਏ ਜਿਹਦੇ ਕੋਲੋਂ ਪੈਸੇ ਮੰਗਦਾ ਉਹਦੀ ਔਕਾਤ ਦੇਖ ਸਿਰਫ 100 ਰੁਪਇਆ ਮੰਗ ਰਿਹਾ ਗਲਤੀ ਹੋ ਗਈ ਗਲਤੀ ਵੀਰੇ 100,000 ਰੁਪਇਆ ਦੇ ਦੇ ਫਿਰ ਬੇਟੇ ਹੁਣ ਤੂੰ ਆਪਣੀ ਔਕਾਤ ਦੇ ਹਿਸਾਬ ਨਾਲ ਮੰਗ ਓਏ ਯਾਰ ਖੱਜਲ ਕਰਤਾ ਇੱਕ ਸਿਆਣੇ ਬਿਆਣੇ ਬੰਦੇ ਨੂੰ ਜਿਹੜੇ 10-20 ਰੁਪਏ ਦੇਣੇ ਦੋ ਉੱਥੇ ਭੁਜੀ ਵਾਲੀ ਦੁਕਾਨ ਬੰਦ ਹੋ ਜਾਣੀ ਹੈ ਸਾਡੇ ਮੂੰਹ ਕਿਹੜਾ ਖਾਣਾ ਖਾਣਾ ਨਹੀਂ ਪੀਣਾ ਭੁਜੀਆ ਤੇ ਜਿਹੜਾ ਮਰਜ਼ੀ ਹੋਵੇ ਚਟਕਾਰਾ ਹੋਣਾ ਚਾਹੀਦਾ ਬੰਦਾ ਤੂੰ ਹੁਣ ਚਾਹਣਾ ਕੀ ਆ ਚਲ ਚਾਹਣਾ ਮੈਂ ਕੁਝ ਵੀ ਨਹੀਂ ਇੱਕ ਛੋਟੀ ਜਿਹੀ ਦਰਖਾਸਤ ਕਰਨੀ ਬੇਨਤੀ ਕਰਨੀ ਤੁਹਾਡੇ ਪੈਰਾਂ 'ਚ ਯਾਰ ਜਦੋਂ ਸੈਲੀਬ੍ਰਿਟੀ ਆਉਂਦੇ ਆ ਨਾ ਉਦੋਂ ਮੈਨੂੰ ਬੁਲਾ ਜ਼ਰੂਰ ਲਿਆ ਕਰੋ ਇਹਨਾਂ ਨੂੰ ਮੇਰੇ ਦਰਸ਼ਨ ਤੇ ਹੋਣ ਆ ਸ਼ਕਲ ਤੇਰੀ ਦਰਸ਼ਨ ਕਰਾਉਣ ਵਾਲੀ ਆ ਯਾਰ ਹੱਦ ਹੋ ਗਈ ਆ ਖੜੇ ਹੱਥੇ ਤੋਂ ਜਾਂਦਾ ਨਹੀਂ ਸਾਰੀ ਦੁਨੀਆ ਟੀਵੀ ਦੇ ਉੱਤੇ ਇਹਨਾਂ ਦੇ ਦਰਸ਼ਨ ਕਰਦੀ ਆ ਵਾਹ ਜੀ ਉਹ ਸਾਨੂੰ ਵੀ ਤੇ ਇਹਨਾਂ ਨੂੰ ਵੀ ਤੇ ਚਾਹੀਦੇ ਨੇ ਸਾਡੇ ਦਰਸ਼ਨ ਇਹ ਭੈਣ ਜੀ ਯਾਰ ਭੈਣ ਜੀ ਪਤਾ ਗੱਲ ਕੀ ਹੁੰਦੀ ਆ ਗੱਲ ਕੀ ਹੁੰਦੀ ਆ ਪਤਾ ਜਦੋਂ ਮੈਂ ਤੁਹਾਡੇ ਦਰਸ਼ਨ ਕਰਨੇ ਆ ਜੀ ਅੱਛਾ ਸੌਂ ਖਾ ਕੇ ਦੱਸੋ ਤੁਸੀਂ ਮੇਰੇ ਕਰਨੇ ਦਰਸ਼ਨ ਕਰਨੇ ਫਿਰ ਬਸ ਆ ਗੱਲ ਆ ਵਿੱਚੋਂ ਚਲ ਬਹਿ ਕੇ ਕਰ ਲਓ ਦਰਸ਼ਨ ਜਿਹੜੇ ਕਰਨੇ ਬਹਿ ਕੇ ਨਹੀਂ ਮੈਂ ਕੋ ਖਲੋਤਾ ਜਾਂਦਾ ਆਪਣੇ ਪੈਰਾਂ ਤੇ ਖਲੋਤੇ ਆ ਖਲੋਤੇ ਚੜ ਗਿਆ ਸਾਨੂੰ ਕੀ ਲੋੜ ਬੈਂਕ ਦੀ ਭਲਾ ਸਾਹਿਬ ਪਰਸਨਲ ਟਾਕ ਭਾਈ ਤੇਰੇ ਖੜੇ ਆ ਇੱਕ ਮਿੰਟ ਮੈਨੂੰ ਸ਼ਰਾਬੀ ਘੱਟ ਲੱਗਣੇ ਜ਼ਿਆਦਾ ਲੱਗਦੇ ਨਹੀਂ ਉਹ ਤੇ ਗਿੱਟਾ ਮੁੜ ਗਿਆ ਨਾ ਆਉਣ ਲੱਗਿਆ ਭਲਾ ਸਾਹਿਬ ਇਹ ਜਦੋਂ ਸੈਲੀਬ੍ਰਿਟੀ ਆਉਂਦੇ ਆ ਤੁਸੀਂ ਲੁੱਚੇ ਨਹੀਂ ਸੁੱਚੇ ਨੂੰ ਫੋਨ ਕਰਦੇ ਹੋ ਇਸ ਲੁੱਚੇ ਨੂੰ ਕਰਿਆ ਕਾਹਦੇ ਲਈ ਇਸ ਕਰਕੇ ਜਦੋਂ ਮੈਂ ਇੱਥੇ ਆਊਂਗਾ ਫਿਰ ਜਦੋਂ ਸੈਲੀਬ੍ਰਿਟੀ ਸੈਲੀਬ੍ਰਿਟੀ ਆਹਮਣੇ ਸਾਹਮਣੇ ਹੁੰਦੇ ਨਾ ਆਮ ਬੰਦੇ ਨੂੰ ਉਦੋਂ ਫਿਰ ਬਹਿ ਜਾਣਾ ਚਾਹੀਦਾ ਓਏ ਕੀ ਬਕਵਾਸ ਕਰ ਰਿਹਾ ਕੌਣ ਆਮ ਬੰਦਾ ਮੈਂ ਕਿਹਾ ਜਦੋਂ ਸੈਲੀਬ੍ਰਿਟੀ ਸੈਲੀਬ੍ਰਿਟੀ ਗੱਲ ਕਰਦੇ ਆ ਆਮ ਬੰਦੇ ਨੂੰ ਬਹਿ ਜਾਣਾ ਚਾਹੀਦਾ ਬਹਿ ਜਾ ਮੈਂ ਬਹਿ ਜਾ ਮੈਂ ਮੈਂ ਬੈਠਾ ਬਹਿ ਜਾ ਬਹਿ ਜਾ ਬੈਠਾ ਜੇ ਵਿੱਚ ਬੋਲਿਆ ਫਿਰ ਦੇਖੀ ਚੁੱਪ
मैं चुप रह नहीं सकता, मेरी दवाई ऐसी पीती है। और तू बैठ जा यार, चलो चलो शुरू करो। आ जी, माय गॉड, करने की लगी हो। ओए जो करना उन्होंने करना, तू कुछ नहीं करना। भला साहब हुन मेरी सिटिंग जॉब है, की करना तुसी? असी बोला सुटांगे, तुसी कैच करनी है ते फिर असी नहीं, ये तो कैच किथे पा बैठा, बस ये कैच कर लो। मेरे अपने मैच फंसी, मैं कितों कैच कर। ठीक है चलो, शाबाश शुरू करिए। ठंडे ठंडे चलो 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 प्लीज चलो 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 साहब, डच भी नहीं 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 बेटे, चलो 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 शाबाश शाबाश चलो, उधर चलो बेटे सामने छोटी वाले चलो चलो भैया। ओ भाई तू चल 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 छेती में बैठ के आ जा, चलो 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 प्लीज। वेरी नाइस, वेरी नाइस, ओ जी प्लीज। ओ चलो बंद करो, ओ चलो ढोलकिया बाजे चुको अपना, ओ चलो जिमी शिमी चलो निकलो, लाटा शटा चलो बंद करो। कौन है तू? हाँ कौन है तू? अच्छा मैनू नहीं पछाणिया? नहीं नहीं पछाणिया, नहीं पछाणिया। एक मिनट हूँ हूँ भी नहीं पछाणिया? नहीं। ओ इनू दसो कोई, ओ गब्बर बदमाश कहता पिंड च मैनू। अच्छा हाँ तू फिर मैनू नहीं जानता हजे? छेवीं बारी देखी ना फिर मैनू सारी फिल्म समझ आ गई। ਬੀਨੂ ਦਾ ਮੁੰਡਾ ਸੀ ਗਿੱਪੀ ਗਰੇਵਾਲ, ਉਹ ਤੁਸੀਂ ਮੈਂ ਕਹਿੰਦਾ ਖਾਲੀ ਕਰਾਓ ਸਾਰਾ ਕੁਛ, ਤੁਹਾਨੂੰ ਮੈਂ ਦੱਸ ਦਵਾਂ। ਇੱਕ ਮਿੰਟ ਭਲਾ ਸਾਹਿਬ, ਤੁਹਾਡੇ ਕੋਲ ਸਵਾਲ ਪੁੱਛ ਲਵਾਂ। ਇਹ ਕੁੜੀ ਉਹ ਨੀ ਭਲਾ ਜਿਹਦਾ ਲੌਂਗ ਲਾਚੀ ਹਿੱਟ ਹੋਇਆ ਸੀ? ਲੌਂਗ ਲਾਚੀ ਆ ਦੂਜੇ ਨੰਬਰ ਵਾਲੀ ਦਾ ਹਿੱਟ ਹੋਇਆ ਸੀ? ਉਹ ਜਦੋਂ ਐਵੇਂ ਝੂਠ ਬੋਲੀ ਜਾਂਦੇ, ਇਹਦਾ ਤਾਂ ਜਾਨੀ ਵੇ ਜਾਨੀ ਵੇ ਹਿੱਟ ਹੋਇਆ। ਉਹ ਜਾਨੀ ਵੇ ਜਾਨੀ ਪਰਲੀ ਦਾ ਹੋਇਆ ਸੀ, ਤਾਂ ਫਿਰ ਇਹਦਾ ਕੀ ਹਿੱਟ ਹੋਇਆ? ਇਹਦੀ ਬੇਟੇ ਕਿੱਕ ਹਿੱਟ ਹੋਈ ਆ, ਖਾਣੀ ਆ। ਅੱਛਾ ਮਤਲਬ ਹੈਲੋ, ਬਿਨਾਂ ਹਿੱਟ ਵਾਲੇ ਬੰਦਿਆਂ ਨੂੰ ਮੈਂ ਘੱਟ ਮਿਲਣਾ, ਤੂੰ ਮੈਨੂੰ ਜਾਣਦਾ ਨਹੀਂ, ਤੈਨੂੰ ਮੈਂ ਦੱਸਾਂ ਬਹੁਤ ਭੜੀ ਮਾਰ ਕਰ। ਠੀਕ ਹੈ ਜੀ, ਅੱਜ ਮੂਡ ਪੱਲਾ ਸਾਹਿਬ, ਜੇ ਕੋਈ ਸ਼ੂਟਿੰਗ ਦੇ ਵਿੱਚ ਪ੍ਰੋਬਲਮ ਹੋ ਜਾਵੇ, ਕੋਈ ਇੱਥੇ ਦਿੱਕਤ ਆ ਜਾਵੇ, ਮੈਨੂੰ ਤਾਂ ਬਿਲਕੁਲ ਨਹੀਂ ਗਾਣਾ, ਕਿਉਂਕਿ ਮੈਨੂੰ ਮਹੱਲੇ 'ਚ ਉਹਦੇ ਬਦਮਾਸ਼ ਕਹਿੰਦੇ ਮੈਂ ਹੈ ਨਹੀਂ ਪਰਸਨਲੀ, ਅਤੇ ਮੇਰੀ ਬੇਇੱਜ਼ਤੀ ਨਹੀਂ ਕਰਨੀ, ਤੁਹਾਨੂੰ ਨਹੀਂ ਪਤਾ ਮੈਂ ਦੱਦੀ ਵੜ ਕੇ ਵੜ ਜਾਂਦਾ ਉਹਨੂੰ। ਅੱਛਾ ਆਹੋ ਵੜ ਦਿੰਦੇ ਪੱਕਾ? ਲੈ ਫਿਰ ਤਾਂ ਕਰੋਨਾ ਫੈਲਿਆ ਹੋਇਆ ਫਿਰ ਸਹੀ, ਚੰਗਾ ਫਿਰ ਚੱਲਦਾ। ਮੇਰੀ ਜਨਾਨੀ ਦੀ ਖੋਲ ਨੀ ਕਿਸੇ ਨੇ ਗਾਨੀ ਵੇ, ਉਹ ਹਾਨੀ ਹੋਏ ਉਹ ਖੋਲ ਹੋਏ।